ਆਪਣੀ ਦੁਕਾਨ ਦੇ ਵਿੱਚ ਲੱਗੀ ਅੱਗ ਨੂੰ ਦੇਖ ਕੇ ਦੁਕਾਨਦਾਰ ਨੂੰ ਮੌਕੇ ਤੇ ਹੀ ਅਟੈਕ ਪਿਆ, ਜਿਸ ਦੇ ਕਾਰਨ ਦੁਕਾਨਦਾਰ ਦੀ ਜਾਨ ਚਲੀ ਗਈ ਹੈ। ਤਾਂ ਦੱਸ ਦਈਏ ਕਿ ਦੁਕਾਨਦਾਰ ਆਪਣਾ ਨੁਕਸਾਨ ਜੋ ਹੈ ਬਰਦਾਸ਼ਤ ਨਹੀਂ ਕਰ ਪਾਇਆ, ਜਿਸ ਦੇ ਕਾਰਨ ਉਸਦੀ ਹਾਰਟ ਅਟੈਕ ਦੇ ਕਾਰਨ ਕਿਹਾ ਜਾ ਰਿਹਾ ਕਿ ਮੌਤ ਹੋ ਗਈ। ਤਾਂ ਦੱਸ ਦਈਏ ਕਿ ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ। ਹਾਲਾਂਕਿ ਅੱਧੀ ਰਾਤ ਦਾ ਸਮਾਂ ਹੁੰਦਾ, ਜਿਵੇਂ ਹੀ ਦੁਕਾਨਦਾਰ ਨੂੰ ਇਸਦੀ ਸੂਚਨਾ ਦਿੱਤੀ ਜਾਂਦੀ ਹੈ ਕਿ ਉਸਦੀ ਦੁਕਾਨ ਦੇ ਵਿੱਚ ਅੱਗ ਲੱਗ ਗਈ ਹੈ, ਤਾਂ ਦੁਕਾਨਦਾਰ ਮੌਕੇ ਦੇ ਉੱਤੇ ਪਹੁੰਚਦਾ ਹੈ। ਪਰ ਕਿਹਾ ਜਾ ਰਿਹਾ ਕਿ ਤਬਾਹੀ ਦਾ ਮੰਜ਼ਰ ਦੇਖ ਕੇ ਦੁਕਾਨਦਾਰ ਨੂੰ ਹਾਰਟ ਅਟੈਕ ਆ ਜਾਂਦਾ ਹੈ, ਜਿਸ ਦੇ ਕਾਰਨ ਉਸਦੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਇਸ ਦੌਰਾਨ ਤਸਵੀਰਾਂ ਵੀ ਅੱਗ ਲੱਗਣ ਦੀਆਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੁਕਾਨ ਬੁਰੇ ਤਰੀਕੇ ਦੇ ਨਾਲ ਜਲ ਕੇ ਸਵਾਹ ਹੋ ਗਈ ਹੈ। ਕਰਿਆਨੇ ਦੀ ਇਹ ਦੁਕਾਨ ਦੱਸੀ ਜਾ ਰਹੀ ਹੈ ਤੇ ਆਪਣਾ ਨੁਕਸਾਨ ਹੁੰਦਾ ਦੇਖ ਦੁਕਾਨਦਾਰ ਬਰਦਾਸ਼ਤ ਨਹੀਂ ਕਰ ਪਾਇਆ ਤੇ ਉਸਦੀ ਹਾਰਟ ਅਟੈਕ ਦੇ ਕਾਰਨ ਜਾਨ ਚਲੀ ਗਈ ਹੈ। ਤਾਂ ਬਟਾਲਾ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਦੁਕਾਨ ਦੇ ਵਿੱਚ ਅੱਗ ਲੱਗਦੀ ਹੈ। ਹਾਲਾਂਕਿ ਜਿਵੇਂ ਹੀ ਇਸਦੀ ਸੂਚਨਾ ਦੁਕਾਨਦਾਰ ਨੂੰ ਮਿਲਦੀ ਹੈ ਤਾਂ ਮੌਕੇ ਦੇ ਉੱਤੇ ਪਹੁੰਚਦਾ ਹੈ ਤੇ ਅੱਗ ਦੀਆਂ ਲਪਟਾਂ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਦੁਕਾਨਦਾਰ ਨੂੰ ਹਾਰਟ ਅਟੈਕ ਆ ਜਾਂਦਾ ਹੈ, ਜਿਸ ਦੇ ਕਾਰਨ ਉਸਦੀ ਮੌਤ ਹੋ ਗਈ ਹੈ। ਹਾਲਾਂਕਿ ਜਦੋਂ ਅੱਗ ਲੱਗੀ ਹੁੰਦੀ ਹੈ ਤਾਂ ਕਿਹਾ ਜਾ ਰਿਹਾ ਕਿ ਇੱਕ ਕਮਰੇ ਦੇ ਵਿੱਚ ਇਹ ਦੁਕਾਨਦਾਰ ਅੱਗ ਦੇਖਣ ਜਾਂਦਾ ਹੈ ਪਰ ਵਾਪਸ ਬਾਹਰ ਨਹੀਂ ਆਉਂਦਾ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ। ਫਾਇਰ ਬ੍ਰਿਗੇਡ ਦੇ ਵੱਲੋਂ ਦੁਕਾਨ ਦੇ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਜਦੋਂ ਅੱਗ ਬੁਝਦੀ ਹੈ ਤਾਂ ਉਸ ਸਮੇਂ ਜਿਸ ਕਮਰੇ ਦੇ ਵਿੱਚ ਇਹ ਦੁਕਾਨਦਾਰ ਹੁੰਦਾ ਉੱਥੇ ਦੇਖਿਆ ਜਾਂਦਾ, ਤਾਂ ਇਹ ਦੁਕਾਨਦਾਰ ਪਿਆ ਹੁੰਦਾ ਜ਼ਮੀਨ ਦੇ ਉੱਤੇ ਲਿਟਿਆ ਅਤੇ ਇਸਨੂੰ ਜਿਵੇਂ ਹੀ ਹਸਪਤਾਲ ਲੈ ਕੇ ਜਾਇਆ ਜਾਂਦਾ, ਉੱਥੇ ਜਾ ਕੇ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ। ਤਾਂ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸ ਦਈਏ ਕਿ ਦੁਕਾਨ ਦੇ ਵਿੱਚ ਅੱਗ ਲੱਗ ਜਾਂਦੀ ਹੈ ਅਤੇ ਉਸਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਦੁਕਾਨਦਾਰ ਆਪਣਾ ਨੁਕਸਾਨ ਬਰਦਾਸ਼ਤ ਨਹੀਂ ਕਰ ਪਾਇਆ ਅਤੇ ਉਸਨੂੰ ਮੌਕੇ ਦੇ ਉੱਤੇ ਹੀ ਹਾਰਟ ਅਟੈਕ ਆਇਆ, ਜਿਸ ਦੇ ਕਾਰਨ ਉਸਦੀ ਮੌਤ ਹੋ ਗਈ ਹੈ। ਫਿਲਹਾਲ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਇਹ ਰਾਤ ਨੂੰ ਨਾ ਅੱਗ ਲੱਗ ਗਈ ਸੀ ਕੋਈ 1 ਵਜੇ, ਸਾਨੂੰ 1:30 ਵਜੇ ਪਤਾ ਲੱਗਾ ਸੀ। ਜਦੋਂ ਅਸੀਂ ਆਏ ਉਦੋਂ ਅੱਗ ਬਹੁਤ ਫੈਲ ਚੁੱਕੀ ਸੀ ਅਤੇ ਜਦੋਂ ਅਸੀਂ ਦੇਖਿਆ ਅਤੇ ਅੱਗ ਨਾ ਉਹਨਾਂ ਨੇ ਦੇਖਣ ਨੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਹ ਮਿਲੇ ਨਹੀਂ। ਫਿਰ ਜਾ ਕੇ ਕੋਈ 2:30 ਵਜੇ ਇਹਨਾਂ ਦਾ ਪਤਾ ਲੱਗਾ ਕਿ ਉੱਪਰ ਹੈ। ਉਸ ਟਾਈਮ ਜਦੋਂ ਇਹਨਾਂ ਨੂੰ ਲੈ ਕੇ ਗਏ ਇਹਨਾਂ ਦੀ ਡੈਥ ਹੋ ਚੁੱਕੀ। ਅੰਦਰ ਸੜ ਗਏ? ਨਹੀਂ ਸੜੇ ਨਹੀਂ, ਉੱਦਾਂ ਹੀ ਡਿੱਗ ਕੇ ਅਟੈਕ ਲਾ ਲਓ। ਨੁਕਸਾਨ ਲੱਖਾਂ ਦਾ ਹੀ ਹੈ ਜੀ, ਸਾਰਾ ਕੁਛ ਸੜ ਕੇ ਸਵਾਹ ਹੋ ਗਿਆ। ਇਹਨਾਂ ਦਾ ਕਰਿਆਨੇ ਦਾ ਉਹ ਗੋਦਾਮ ਬਣੇ ਦੇ ਆ ਨਾ, ਇਹਨਾਂ ਦਾ ਸਾਰੇ ਸਾਰਾ ਬਿਲਕੁਲ ਕੁਛ ਨਹੀਂ ਬਚਿਆ। ਇਹਨਾਂ ਦਾ 1 ਬੇਟਾ 2 ਬੇਟੀਆਂ। ਹਾਂ ਹਾਂ ਫੋਨ ਆਇਆ ਸਰ ਜੀ, ਇਹ ਕਰਿਆਨੇ ਦੀ ਦੁਕਾਨ ਸੀ, ਪਤਾ ਹੀ ਨਹੀਂ ਚੱਲਿਆ। ਕੱਲ੍ਹ ਰਾਤ ਨੂੰ 12 ਵਜੇ ਤੱਕ ਤਾਂ ਬਿਲਕੁਲ ਸਭ ਠੀਕ ਸੀ, ਇੱਕਦਮ ਹੀ ਲੋਕਾਂ ਨੇ ਦੱਸਿਆ ਕਿ ਅੱਗ ਲੱਗੀ ਉਹਨਾਂ ਨੇ, ਉਸ ਤੋਂ ਬਾਅਦ ਕਿਸੇ ਨੂੰ ਕੁਛ ਨਹੀਂ ਪਤਾ ਕੀ ਹੋਇਆ। ਕਰਿਆਨੇ ਦੀ ਦੁਕਾਨ ਹੈ। ਬੇਟਾ 2 ਬੇਟੀਆਂ ਮੈਰਿਡ ਹੈ ਸਾਰੇ, ਬੇਟੀ ਅੰਮ੍ਰਿਤਸਰ ਹੈ, ਇੱਕ ਇੱਥੇ ਬਟਾਲੇ ਧਰਮਪੁਰਾ ਕਲੋਨੀ ਹੈ। ਇਕੱਲੇ ਹੀ ਸੀਗੇ ਘਰ, ਵਾਈਫ ਦੀ ਡੈਥ ਹੋ ਗਈ ਦੀ ਇਹਨਾਂ ਦੀ, ਮੇਰੇ ਬੂਆ ਜੀ ਦੀ।
ਇੱਕ ਵਜੇ ਕਾਲ ਆ ਗਈ, ਇੱਕ ਵਜੇ ਆਪਾਂ ਆ ਗਏ ਸੀ, ਬਟ ਫਾਇਰ ਬ੍ਰਿਗੇਡ ਵੀ ਆ ਗਈ ਸੀ, ਬਟ ਇੰਨਾ ਕੁ ਧੂੰਆਂ ਸੀ ਕਿ ਸਾਰੇ ਕਮਰੇ ਉੱਪਰ ਸਭ ਦਰਵਾਜ਼ੇ ਤੋੜ ਤਾੜ ਕੇ ਇਹ ਕਿਚਨ 'ਚ ਮਿਲੇ ਹੈ, ਕਿਚਨ 'ਚ ਗਿਰੇ ਪਏ। ਇਹਨਾਂ ਨੂੰ ਫੋਨ ਬੜੇ ਕੀਤੇ ਬਟ ਫੋਨ ਕੋਈ ਚੁੱਕਿਆ ਹੀ ਨਹੀਂ ਇਹਨਾਂ ਨੇ।